सबसक्राइब करो निडर आवाज टीवी नू ते ताजा वीडियोस पाउन ले बैल दा बटन। किसान मजदूर संघर्ष कमेटी जौन शहीद भाई फूला सिंह जी दा जथा दिल्ली नू संघर्ष लई होया रवाना। केंद्र सरकार वालों लागू किए गए खेती कानूनों के विरोध में चल रहे किसान अंदोलन के चलद्या किसान जथेबंदियों के दिल्ली चलो दे दिते नारे तहत कस्बा खालड़ा तो किसान मजदूर संघर्ष कमेटी जौन शहीद भाई फूला सिंह जी का जथा प्रधान हरजिंदर सिंह की अगवाई हेठ ट्रैक्टर ट्रालिया के काफले नाल दिल्ली वाल नू होया रवाना। इस दौरान किसान मजदूर संघर्ष कमेटी के प्रधान भाई हरजिंदर सिंह ने स्पष्ट किया कि मोदी सरकार वालों लागू किए गए पंजे किसान विरोधी कानून रद्द करवा के ही वापस मुड़ांगे। उन्होंने कहा कि दिल्ली किसानों का सबर परख रही है, किसान देश का अन्नदाता है ते देश आजाद होने तो लैके हुण तक जय जवान जय किसान का नारा सदा लई बुलंद रहा है। किसानों ने देश की जनता का ढिड भर कुदरती ते गैर कुदरती आफतां दा सामना करदिआं बेशुमार अनाज पैदा किया है, परंतु सरकारां ने उसकी कदर नहीं पाई जदों कि किसानों नूं बुढ़ापे समय सड़कां उत्ते रोलिया जा रहा है। उन्हां कहा है कि 2 महीनों तो किसान सड़कां उत्ते बैठे हन, परंतु केंद्र सरकार उन्हां दी आवाज़ सुन लई तैयार नहीं है, जिस तों खफा हो के किसानों ने हुण दिल्ली नूं घेरन दा मन बना लिया है। उन्होंने गल विशेष तौर पर कही कि साडे वालों 6 महीने का राशन नाल लजाया जा रहा है, नाल ही दिल्ली रवाना हुए किसानों नू अपील की कि वह हुण खेती विरोधी कानूनों नू रद्द करवा के ही वापस मुड़न। की नाम है अपना? हरजिंदर सिंह जी। कलसिया कित्थे चले जो? असीं दिल्ली चले आ जी। किस चीज़ नू लैके तुसीं दिल्ली चले जो? असीं जी वह 3 ऑर्डिनेंस लैके जिहड़ी अपनी संघर्ष जा रही ना कमेटी उन्हां वल्लों जा रहे हैं जी किसान यूनियन वल्लों। ਕਿਹੜੇ ਬਾਰਡਰ ਤੇ ਜਾ ਰਹੇ ਜੋ? ਅਸੀਂ ਸਿੰਘੂ ਬਾਰਡਰ ਤੇ ਜਾ ਰਹੇ ਹਾਂ ਜੀ, ਮੋਦੀ ਦਾ ਪਿੱਟ ਸੈਪਾ ਹੀ ਕਰ ਲਓ। ਦੇਖਣ ਦੇ ਵਿੱਚ ਮਿਲ ਰਿਹਾ ਹੈ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜੇ ਆਰਡੀਨੈਂਸਾਂ ਨੂੰ ਲੈ ਕੇ ਅੜੀਅਲ ਰਵੱਈਆ ਵਰਤਿਆ ਜਾ ਰਿਹਾ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅੜੀਅਲ ਦਾ ਰਵੱਈਆ ਬੜਾ ਵੀ ਆ, ਪਰ ਉਹਦਾ ਮੱਥਾ ਬੜੇ ਕਸੂਤੇ ਬੰਦਿਆਂ ਨਾਲ ਲੈ ਗਿਆ। ਅਸੀਂ ਵੀ ਬਾਰਡਰ ਤੇ ਰਹਿਣ ਵਾਲੇ ਹਾਂ, ਇਹ ਹੁਣ ਪੰਗਾ ਕਸੂਤਾ ਪਾ ਬੈਠਾ। ਪਹਿਲੋਂ ਉਹਨੇ ਪੰਜਾਬ ਜੂ ਛੱਡੇ ਜਿਹੜੇ ਬਾਕੀ ਏਰੀਏ ਦੇ, ਹੁਣ ਪੱਕਾ ਪੈ ਗਿਆ ਸਰਦਾਰਾਂ ਨਾਲ। ਸਰਦਾਰਾਂ ਦਾ ਹੁਣ ਕੰਮ ਹੈ ਜਿਹੜਾ ਕਰਾ ਬਾਰਡਰ ਏਰੀਏ ਦੇ ਨਾਲ, ਉਹਨੇ ਸੌਦਾ ਤਾਂ ਨਿਬੇੜ ਕੇ ਆਉਣਗੇ। ਅਸੀਂ ਜਿੰਨਾ ਉਹਨਾਂ ਚਿਰ ਉੱਠਦੇ ਨਹੀਂ ਉੱਥੋਂ, ਜਿੰਨਾ ਚਿਰ 3 ਆਰਡੀਨੈਂਸ ਦਾ ਰੱਦ ਨਹੀਂ ਕਰਦਾ ਨਾ, ਅਸੀਂ ਆਉਣ ਵਾਲੇ ਨਹੀਂ ਗੇ। ਅਸੀਂ ਹੁਣ ਆਵੇ ਦੋਵਾਂ ਟਰਾਲੀਆਂ ਦੇ ਵਿੱਚ ਰਾਸ਼ਨ ਪਾਣੀ ਲੱਦ ਲਿਆ ਹੈ, ਇੱਥੋਂ ਅਸੀਂ ਵਿਹਲੇ ਹਾਂ ਘਰੋਂ। ਅਸੀਂ ਹਾਲ ਦੱਸਤਾ ਵੀ ਜੇ ਤਾਂ ਅਸੀਂ ਜਿਉਂਦੇ ਆ ਗਏ ਠੀਕ ਆ, ਨਹੀਂ ਤਾਂ ਗੁਰਦੁਆਰੇ ਬਣਾ ਦਿਓ ਸਾਡੇ। ਕਿੰਨੇ ਚਿਰ ਦਾ ਰਾਸ਼ਨ ਲੈ ਕੇ? ਅਸੀਂ 6 ਮਹੀਨੇ ਦਾ ਰਾਸ਼ਨ ਹੈ ਜੀ ਸਾਡੇ ਕੋਲ। ਜੇਕਰ ਮੰਨ ਲਓ ਮੋਦੀ ਸਰਕਾਰ ਇਹ ਆਰਡੀਨੈਂਸ ਵਾਪਸ ਨਹੀਂ ਲੈਂਦੀ ਤਾਂ ਸੰਘਰਸ਼ ਕਿੱਦਾਂ ਦਾ ਹੋਵੇਗਾ ਤੁਹਾਡਾ? ਸੰਘਰਸ਼ ਹੋਰ ਤਿੱਖਾ ਹੋਵੇਗਾ ਜੀ, ਬਹੁਤ ਲੰਮਾ ਹੋਵੇਗਾ। ਕੀ ਨਾਮ ਹੈ ਆਪਣਾ? ਮੇਰਾ ਨਾਮ ਹਰਪਾਲ ਸਿੰਘ ਜੀ ਫੌਜੀ ਜੀ। ਕਿੱਥੇ ਚੱਲੇ ਜੀ? ਅਸੀਂ ਚੱਲੇ ਦਿੱਲੀ ਜੀ। ਕੀ ਕਾਰਨ ਚੱਲੇ ਦਿੱਲੀ? ਅਸੀਂ ਮੋਦੀ ਨੇ 3 ਕਾਲੇ ਕਾਨੂੰਨ ਪਾਸ ਕੀਤੇ, ਉਹਨਾਂ ਨੂੰ ਰੱਦ ਕਰਾਉਣ ਵਾਸਤੇ ਚੱਲੇ ਹਾਂ। ਸਾਡਾ ਪਹਿਲਾਂ ਵੀ ਜਥਾ ਗਿਆ ਹੋਇਆ ਉੱਥੇ ਡਟਿਆ ਹੋਇਆ, ਅਸੀਂ ਉਹਨਾਂ ਨੂੰ ਜਾ ਕੇ ਪਿੰਡ ਨੂੰ ਘੱਲ ਦੇਣਾ। ਇੱਕ ਪਿੱਛੇ ਸਾਡੇ ਜਿਹੜੇ ਪਿੰਡ ਕਲਸੀਆਂ ਖੁਰਦ ਉਹ ਜਥਾ ਤਿਆਰ ਹੋਇਆ ਜੀ। ਜਿਵੇਂ ਕਿ ਵੇਖਣ ਦੇ ਵਿੱਚ ਮਿਲ ਰਿਹਾ ਵੀ ਕੇਂਦਰ ਸਰਕਾਰ ਵੱਲੋਂ ਕਾਫੀ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਗਈਆਂ ਕਿਸਾਨਾਂ ਦੇ ਨਾਲ, ਲੇਕਿਨ ਜਿਹੜਾ ਕੇਂਦਰ ਸਰਕਾਰ ਵੱਲੋਂ ਅੜੀਅਰ ਰਵੱਈਆ ਜਿਹੜਾ ਆਪਣਾ ਵਰਤਿਆ ਜਾ ਰਿਹਾ ਉਹਨੂੰ ਤਿਆਗਣ ਨੂੰ ਤਿਆਰ ਨਹੀਂ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੋ? ਅਸੀਂ ਜੀ ਜਿੰਨਾ ਚਿਰ ਤੱਕ ਉਹ ਸਾਨੂੰ ਕਾਲੇ ਕਾਨੂੰਨ ਵਾਪਸ ਨਹੀਂ ਕਰਦਾ ਅਸੀਂ ਦਿੱਲੀ ਉਸ ਉਹਨਾਂ ਚਿਰ ਤਾਂ ਡਟੇ ਰਵਾਂਗੇ। ਔਰ ਬਾਰਡਰ 'ਤੇ ਜਿਹੜੇ ਜਾ ਰਹੇ ਜੋ ਤੁਸੀਂ ਸਿੰਘੂ ਬਾਰਡਰ, ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ, ਯੂਥ ਨੂੰ ਅਤੇ ਕਿਸਾਨਾਂ ਨੂੰ? ਅਸੀਂ ਨੌਜਵਾਨਾਂ ਨੇ ਪਹਿਲਾਂ ਵੀ ਬਹੁਤ ਵਧੀਆ ਕੰਮ ਕਰ ਰਹੇ ਸਾਡੇ ਨਗਰ ਦੇ, ਹੁਣ ਅੱਗੇ ਵੀ ਨੌਜਵਾਨ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਨੌਜਵਾਨੀ ਪੀੜ੍ਹੀ ਅੱਗੇ ਆਵੇ ਅਤੇ ਆਪਣਾ ਵੱਧ ਚੜ੍ਹ ਕੇ ਸੰਘਰਸ਼ ਵਿੱਚ ਹਿੱਸਾ ਪਾਵੇ। ਤਰਲੋਚਨ ਸਿੰਘ ਕਲਸੀਆਂ ਖੁਰਦ ਜੀ। ਕਿੱਥੇ ਚੱਲੇ ਜੋ? ਦਿੱਲੀ ਜੀ। ਕੀ ਕਾਰਨ ਚੱਲੇ ਦਿੱਲੀ? ਦਿੱਲੀ ਅੱਗੇ 18 ਵਾਰੀ ਜਿੱਤੀ ਆ ਅਤੇ 19 ਵਾਰੀ ਜਿੱਤਣ ਚੱਲੇ ਹਾਂ ਜੀ। ਕਿਸ ਚੀਜ਼ ਨੂੰ ਲੈ ਕੇ ਦਿੱਲੀ ਚੱਲੇ ਜੇ ਤੁਸੀਂ? ਵੀਰ ਜੀ ਜਿਹੜੇ ਕਾਲੇ ਕਾਨੂੰਨ ਮੋਦੀ ਸਰਕਾਰ ਕਿਸਾਨਾਂ ਦੇ ਸਿਰ ਮੜ ਰਹੀ ਹੈ ਜੀ, ਉਹਦੇ ਵਿਰੋਧ ਵਿੱਚ ਚੱਲਿਆ ਜੀ ਰੱਦ ਕਰਾਉਣ ਵਾਸਤੇ। ਇੱਥੇ ਨਾ ਦੇਖਣ ਨੂੰ ਮਿਲ ਰਿਹਾ ਵੀ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਆਪਣਾ ਅੜੀਅਲ ਰਵੱਈਆ ਜਿਹੜਾ ਵਰਤ ਰਹੀ ਆ, ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਉਹਨਾਂ ਨੂੰ ਪ੍ਰਵਾਨ ਨਹੀਂ ਕਰ ਰਹੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਜੀ ਇਹਨਾਂ ਪਹਿਲਾਂ ਉੱਧਰ ਹੀ ਵੇਖਿਆ 370 ਲੱਖ ਤੋੜ ਕੇ ਦੂਜਾ ਤੀਜਾ ਕਰਕੇ ਜੱਟਾਂ ਨਾਲ ਪੰਗਾ ਹੀ ਪਹਿਲੀ ਵਾਰੀ ਪਿਆ ਹੈ, ਇਹ ਨਹੀਂ ਹਟਦੇ ਹੁਣ। ਕਿ ਜਿਵੇਂ ਮੰਨ ਲਓ ਵੀ ਜੇ ਸਰਕਾਰ ਇਹ ਅੜੀਅਰ ਰਵੱਈਆ ਜਿਹੜਾ ਆਪਣਾ ਨਹੀਂ ਛੱਡਦੀ, ਕਿਸ ਤਰ੍ਹਾਂ ਦਾ ਸੰਘਰਸ਼ ਵਿੱਢੋਗੇ? ਇਹਦੇ ਵੀਰ ਜੀ ਫਿਰ ਲਾਲ ਕਿਲੇ 'ਤੇ ਝੰਡਾ ਚੜ੍ਹੂਗਾ, ਧੱਕ ਦੇਵਾਂਗੇ ਸਭ ਕੁਝ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।